ਜੇਕਰ ਤੁਸੀਂ ਵੀ ਬੱਚੇ ਦੇ ਨਾਲ ਬਾਜ਼ਾਰ ਦੇ ਵਿੱਚ ਜਾਂਦੇ ਹੋ ਤਾਂ ਇਹ ਵੀਡੀਓ ਅਖੀਰ ਤੱਕ ਜ਼ਰੂਰ ਦੇਖ ਲਿਓ। ਇਹ ਔਰਤ ਹੈ ਜੋ ਫੋਨ ਉੱਤੇ ਗੱਲ ਕਰਦੀ ਸਬਜ਼ੀ ਲੈ ਰਹੀ ਹੁੰਦੀ ਹੈ ਤੇ ਕੋਲ ਇਸ ਦਾ ਛੋਟਾ ਜਿਹਾ ਬੱਚਾ ਵੀ ਖੜਾ ਹੁੰਦਾ ਹੈ। ਇਹਨਾਂ ਨੂੰ ਦੋ ਮੋਟਰਸਾਈਕਲ ਉੱਤੇ ਆਉਂਦੇ ਹਨ ਠੱਗ, ਜੋ ਇਸ ਬੱਚੇ ਨੂੰ 10 ਰੁਪਏ ਦੇ ਕੇ ਆਪਣੇ ਨਾਲ ਬਿਠਾਉਣ ਦੀ ਕੋਸ਼ਿਸ਼ ਕਰਦੇ ਹਨ। ਪਿੱਛੇ ਬੈਠਾ ਵਿਅਕਤੀ ਇਹਨਾਂ ਨੂੰ ਦੇਖ ਲੈਂਦਾ ਹੈ, ਜਿਸ ਤੋਂ ਬਾਅਦ ਉਹ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ, ਪਰ ਇੱਕ ਤਾਂ ਫੜਿਆ ਜਾਂਦਾ ਹੈ, ਇੱਕ ਮੋਟਰਸਾਈਕਲ ਲੈ ਕੇ ਭੱਜ ਜਾਂਦਾ ਹੈ, ਜਿਸ ਤੋਂ ਬਾਅਦ ਇੱਕ ਦਾ ਭੀੜ ਦੇ ਵੱਲੋਂ ਵਧੀਆ ਕਟਾਪਾ ਕੀਤਾ ਜਾਂਦਾ ਹੈ। ਬਾਕੀ ਤੁਹਾਡੇ ਇਸ ਦੇ ਬਾਰੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦੇਣਾ ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੋਰ ਅਪਡੇਟਸ ਜਾਣਨ ਲਈ। ਧੰਨਵਾਦ ਦੋਸਤੋ, ਮਿਲਦੇ ਹਾਂ ਹੋਰ ਅਪਡੇਟ ਨਾਲ।